अमृतसर के सीआईए स्टाफ को उस समय बड़ी सफलता हासिल हुई जब उन्होंने तीन आरोपियों को गिरफ्तार किया जिनके पास से 12 मोबाइल, एक मोटरसाइकिल, 10 ग्राम हेरोइन बरामद की गई। वहीं इसकी जानकारी देते हुए डिप्टी कमिश्नर पुलिस इन्वेस्टिगेशन श्री गगन अजीत सिंह ने बताया कि अमृतसर में बीते कुछ दिनों से मोबाइल छीनने वाले ग्रुप काफी सरगना था। उसी को देखते हुए निशानदेही पर सीआईए के इंस्पेक्टर श्री विजय शर्मा की ओर से इलाके में गश्त की जा रही थी। उसी दौरान दो उक्त आरोपियों को गिरफ्तार किया गया, वहीं केस दर्ज कर कार्रवाई शुरू कर दी गई है। ਜਸਕਰਨ ਸਿੰਘ ਹੈ, ਜਗਦੀਪ ਹੈ, ਇਹ ਦੋ ਜਿਹੜੇ ਸੀਗੇ ਜਿਹੜੇ ਕਾਫੀ ਵਾਰਦਾਤਾਂ ਕੀਤੀਆਂ, ਇਹਨਾਂ ਦਾ ਪਰਚਾ ਦਰਜ ਕੀਤਾ ਗਿਆ। ਉਸ ਤੋਂ ਬਾਅਦ ਜਿਹੜੇ ਅੰਮ੍ਰਿਤਪਾਲ ਨੂੰ ਇਹ ਅਗਾਂਹ ਮੋਬਾਈਲ ਦਿੰਦੇ ਸੀਗੇ, ਉਹਦੇ ਕੋਲੋਂ ਦੋ ਮੋਬਾਈਲ, ਦੋ ਸੀ ਨਾ, ਹਾਂਜੀ, ਅਤੇ ਨਾਲ 10 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ। ਇਹ ਨਸ਼ੇ ਦੇ ਵੀ ਆਦੀ ਹੈ ਅਤੇ ਜਿਹੜਾ ਅੰਮ੍ਰਿਤਪਾਲ ਹੈ ਅੱਗੋਂ ਇਹਨਾਂ ਨੂੰ ਨਸ਼ਾ ਦਿੰਦਾ ਸੀ ਅਤੇ ਇਹਨਾਂ ਤੋਂ ਮੋਬਾਈਲ ਲੈ ਕੇ ਅੱਗੇ ਵੇਚਦਾ ਸੀ। ਅੱਗੇ ਅਸੀਂ ਇਹਨਾਂ ਜਿਹੜਾ ਅੰਮ੍ਰਿਤਪਾਲ ਹੈ ਉਸ ਤੋਂ 411 'ਤੇ ਅਸੀਂ ਇਹਨੂੰ ਇਨਵੋਲਵ ਕਰਕੇ ਪਰਚਾ ਦਿੱਤਾ, ਰਿਕਵਰੀ ਪਾ ਕੇ ਨਾਲ ਉਹਦੇ 'ਤੇ NDPS। 21 ਸਾਲ ਇਹਨਾਂ ਦੀ ਉਮਰ, 21-22 ਸਾਲਾਂ ਦੀ ਉਮਰ ਹੈ, ਕੋਈ ਖਾਸ ਕੋਈ ਕੰਮ ਨਹੀਂ ਕਰਦਾ, ਬਸ ਇਹੀ ਹੈ ਵੀ ਲੁੱਟਾਂ ਖੋਹਾਂ ਕਰਦੇ ਆ। ਜਿਹੜਾ ਪਹਿਲੇ ਜਸਕਰਨ ਹੈ ਉਹਦੇ 'ਤੇ 5 ਮੁਕੱਦਮੇ ਹੈ, ਜਿਹੜਾ ਅੰਮ੍ਰਿਤਪਾਲ ਹੈ ਉਹਦੇ 'ਤੇ 2 ਮੁਕੱਦਮੇ ਆਲਰੇਡੀ ਪਹਿਲੇ ਦਰਜ ਹੋਏ ਗਏ ਇਸੇ ਲੁੱਟਾਂ ਖੋਹਾਂ ਦੇ। ਜਿਹੜਾ ਬੰਦਾ ਨੂੰ ਸਪਲਾਈ ਕਰਦਾ ਹੈਰੋਇਨ ਦਿੰਦਾ ਸੀ, ਉਹ ਵਪਾਰੀ ਆ, ਉਹ ਦੁਕਾਨਦਾਰ ਆ ਕੀ? ਇਹ ਉਹ ਅੰਮ੍ਰਿਤਪਾਲ ਆ, ਉਹਨੇ ਰਿਮਾਂਡ 'ਤੇ ਲਿਆਂਦਾ ਸੀ, ਕੋਸ਼ਿਸ਼ ਕਰਾਂਗੇ। ਕਰਦਾ ਕੀ ਮਤਲਬ? ਨਹੀਂ, ਜਿਹੜੇ ਨਾਲ ਦੇ ਜਸਕਰਨ ਅਤੇ ਜਗਦੀਪ ਹੈ ਉਹ ਮੋਬਾਈਲ ਖੋਹਦੇ ਸੀਗੇ ਅਤੇ ਇਹਨੂੰ ਮੋਬਾਈਲ ਦੇ ਦਿੰਦੇ ਸੀ। ਅੱਛਾ ਜੀ, ਕੁਛ ਮੋਬਾਈਲ ਇਹਨੂੰ ਦਿੱਤੇ, ਕੁਛ ਉਹਨਾਂ ਤੋਂ ਰਿਕਵਰੀ ਹੋਏ ਆ। ਅੱਛਾ, ਮੋਬਾਈਲ 'ਤੇ ਰਿਮਾਂਡ 'ਤੇ ਲੈਂਦਾ, ਮੋਬਾਈਲ 'ਤੇ ਮੋਬਾਈਲ ਲੈ ਲੈਂਦਾ ਸੀਗਾ। ਹਾਂਜੀ, ਅਤੇ ਅੱਗੇ ਵੇਚਦਾ ਹੋਊਗਾ ਮੋਬਾਈਲ, ਅਤੇ ਇਹਨਾਂ ਨੂੰ ਉਹਨੇ ਕਿਤੇ ਮੌਜੂਦ ਨਹੀਂ ਮੁੱਲ ਦੀ ਹੈਰੋਇਨ ਦੇ ਦਿੰਦਾ ਸੀ।